ਬਰਤਾਨੀਆ ਦੀ ਧਰਤੀ ਤੇ ਸਾਹਿਤਕ ਸਰਗਰਮੀਆਂ ਅਕਸਰ ਹੀ ਚੱਲਦੀਆਂ ਰਹਿੰਦੀਆਂ ਨੇ। ਬੀਤੇ ਦਿਨ ਪੰਜਾਬੀ ਲੇਖਕ ਸਭਾ ਕਵੈਂਟਰੀ ਵੱਲੋਂ ਆਪਣਾ 24ਵਾਂ ਸ਼ਾਨਦਾਰ ਸਾਹਿਤਕ ਸੰਮੇਲਨ ਕਰਵਾਇਆ ਗਿਆ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ UK ਭਰ ਦੇ ਸਾਹਿਤਕਾਰਾਂ ਸਮੇਤ ਪੰਜਾਬ ਤੋਂ ਆਏ ਸਾਹਿਤਕਾਰਾਂ ਨੇ ਵੀ ਇਸ ਸਮਾਗਮ ਵਿੱਚ ਭਰਵੀਂ ਹਾਜ਼ਰੀ ਲਗਵਾਈ। ਸਮਾਗਮ ਦੀ ਸ਼ੁਰੂਆਤ ਵਿਛੜ ਗਏ ਸਾਹਿਤਕਾਰਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਹੋਈ। ਪੰਜਾਬੀ ਲੇਖਕ ਸਭਾ ਕਵੈਂਟਰੀ ਦੇ ਅਹੁਦੇਦਾਰ ਸੁਰਿੰਦਰਪਾਲ ਸਿੰਘ ਜੀ ਦਾ ਕਾਵਿ ਸੰਗ੍ਰਹਿ ਹਰਫਾਂ ਦੇ ਓਹਲੇ ਦੇ ਸੰਬੰਧ ਵਿੱਚ ਦਰਸ਼ਨ ਬੁਲੰਦਵੀ ਵੱਲੋਂ ਪਰਚਾ ਪੜਿਆ ਗਿਆ। ਲੇਖਕ ਤੇ ਸ਼ਾਇਰ ਨਛੱਤਰ ਭੋਗਲ ਦੀ ਕਿਤਾਬ ਜੀਵਨ ਧਾਰਾ ਤੇ ਬਲਵਿੰਦਰ ਚਾਹਲ ਵੱਲੋਂ ਸ਼ਬਦ ਬੋਲੇ ਗਏ। ਪ੍ਰਸਿੱਧ ਸ਼ਾਇਰਾ ਕੁਲਵੰਤ ਕੌਰ ਢਿੱਲੋਂ ਨੂੰ ਪੰਜਾਬੀ ਭਾਸ਼ਾ ਬਾਰੇ ਪਾਏ ਯੋਗਦਾਨ ਬਦਲੇ ਸਨਮਾਨਿਤ ਕੀਤਾ ਗਿਆ। ਉਹਨਾਂ ਸੰਬੰਧੀ ਪ੍ਰਧਾਨ ਕਿਰਪਾਲ ਸਿੰਘ ਪੂਨੀ ਵੱਲੋਂ ਹਾਜ਼ਰੀਨ ਨੂੰ ਜਾਣੂ ਕਰਵਾਇਆ ਗਿਆ। ਡਾਕਟਰ ਜਸਵਿੰਦਰ ਸਿੰਘ ਨੂੰ ਪ੍ਰਵਾਸੀ ਲੇਖਕ ਦੇ ਸਿਰਜਣਾਤਮਕ ਸੰਦਰਭ ਦੀ ਪ੍ਰਾਪਤੀ ਵਜੋਂ ਸਨਮਾਨਿਤ ਕੀਤਾ ਗਿਆ। UK ਦੀ ਧਰਤੀ ਦੇ ਸੰਗੀਤ ਦੇ ਖੇਤਰ ਵਿੱਚ ਵੱਡਾ ਨਾਮਣਾ ਖੱਟਣ ਵਾਲੇ ਸਮਰਾਟ ਬਲਦੇਵ ਮਸਤਾਨਾ ਜੀ ਨੂੰ ਕਵੈਂਟਰੀ ਸ਼ਹਿਰ ਦੇ ਪ੍ਰੇਮੀਆਂ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਕਿਤਾਬਾਂ ਲੋਕ ਅਰਪਣ ਕਰਨ ਦੇ ਦੌਰ ਦੌਰਾਨ ਸੁਰਿੰਦਰਪਾਲ ਦਾ ਕਾਵਿ ਸੰਗ੍ਰਹਿ ਹਰਫਾਂ ਦੇ ਓਹਲੇ, ਨਛੱਤਰ ਸਿੰਘ ਭੋਗਲ ਦੀ ਕਿਤਾਬ ਜੀਵਨ ਧਾਰਾ, ਸੁਰਿੰਦਰਜੀਤ ਚੌਹਾਨ ਦੀ ਕੀਤਾ ਸਾਂਝਾ ਕਾਵਿ ਸੰਗ੍ਰਹਿ ਰੰਗਲੀ ਚਰਖੀ, ਡਾਕਟਰ ਰਮਿੰਦਰ ਸਿੰਘ ਰਾਏ ਦਾ ਕਾਵਿ ਸੰਗ੍ਰਹਿ ਦੇਸ ਹੋਇਆ ਪਰਦੇਸ ਅਤੇ ਵੀਨਾ ਅਰੋੜਾ ਦੀ ਕਿਤਾਬ ਰੰਗ ਮੰਚ ਦੇ ਸਰਨਾਮੇ ਸਮੇਤ ਹੋਰ ਪੁਸਤਕਾਂ ਵੀ ਲੋਕ ਅਰਪਣ ਕੀਤੀਆਂ ਗਈਆਂ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਡਾਕਟਰ ਕਰਨੈਲ ਸ਼ੇਰਗਿੱਲ, ਡਾਕਟਰ ਜਸਵਿੰਦਰ ਸਿੰਘ, ਕੁਲਵੰਤ ਕੌਰ ਢਿੱਲੋਂ, ਡਾਕਟਰ ਵੀਨਾ ਅਰੋੜਾ, ਬਲਵੰਤ ਸਿੰਘ ਬੈਂਸ਼ ਸੁਸ਼ੋਭਿਤ ਹੋਏ। ਇਸ ਭਾਗ ਦੀ ਸਟੇਜ ਦੀ ਸੇਵਾ ਸੁਰਿੰਦਰਪਾਲ ਸਿੰਘ ਨੇ ਬਾਖੂਬੀ ਨਿਭਾਈ। ਸਮਾਗਮ ਦੇ ਦੂਜੇ ਭਾਗ ਵਿੱਚ ਸ਼ਾਨਦਾਰ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਵੱਖੋ ਵੱਖਰੇ ਅੰਦਾਜ਼ ਵਿੱਚ 50 ਦੇ ਕਰੀਬ ਕਵੀ ਕਵਿਤਰੀਆਂ ਵੱਲੋਂ ਸਰੋਤਿਆਂ ਦਾ ਖੂਬ ਮਨੋਰੰਜਨ ਕੀਤਾ ਗਿਆ। ਰੇਡੀਓ 5 ਦੇ ਮੁਖੀ ਛਿੰਦਾ ਸੁਵੀਲਾ ਨੇ ਆਪਣੇ ਗੀਤ ਰਾਹੀਂ ਸਰੋਤਿਆਂ ਨੂੰ ਮੰਤਰਮੁਗਧ ਕੀਤਾ। ਹਰ ਵਾਰ ਦੀ ਤਰ੍ਹਾਂ ਇਸ ਸਮਾਗਮ ਦੀ ਖਾਸੀਅਤ ਇਹ ਵੀ ਰਹੀ ਕਿ ਮਰਦਾਂ ਦੇ ਨਾਲ ਨਾਲ ਔਰਤਾਂ ਨੇ ਵੀ ਭਰਵੀਂ ਹਾਜ਼ਰੀ ਲਗਵਾਈ। ਸਮਾਗਮ ਦੇ ਦੂਜੇ ਭਾਗ ਵਿੱਚ ਰੇਡੀਓ 5 ਰਜਿੰਦਰ ਕੌਰ, ਦਲਵੀਰ ਕੌਰ, ਡਾਕਟਰ ਧਨਵੰਤ ਕੌਰ ਪ੍ਰਧਾਨ, ਸੁਰਿੰਦਰਪਾਲ ਕੌਰ, ਵਰਿੰਦਰ ਪਰਹਾਰ ਬਿਰਾਜਮਾਨ ਦੇ। ਸਟੇਜ ਦੀ ਸੇਵਾ ਕੁਲਦੀਪ ਬਾਂਸਲ ਨੇ ਨਿਭਾਈ। ਅੰਤ ਵਿੱਚ ਪੰਜਾਬੀ ਫੂਡ ਵਾਲਿਆਂ ਦੇ ਸਵਾਦਿਸ਼ਟ ਖਾਣੇ ਨਾਲ ਆਏ ਹੋਏ ਮਹਿਮਾਨਾਂ ਨੇ ਵਿਦਾਗੀ ਲਈ। 5 ਦਰਿਆ UK ਲਈ ਕਮੈਂਟਰੀ ਤੋਂ ਅਮਨਦੀਪ ਧਾਲੀਵਾਲ ਦੀ ਵਿਸ਼ੇਸ਼ ਰਿਪੋਰਟ।